ਹੋਈ? ਅੱਜ ਚੋਰੀ ਕਰ ਲਏ ਪੈਸੇ ਮੇਰੇ ਕੋਲ। ਉਹ ਕਿਸ ਤਰ੍ਹਾਂ ਜੀ? ਉਹ ਮੇਰੇ ਕੋਲ ਲੈ ਲਏ ਉਹਨਾਂ ਨੇ ਪੈਸੇ, ਤੇ ਆਪਣੇ ਮੈਨੂੰ 3 ਲੱਖ ਰੁਪਇਆ ਦੇ ਗਏ, ਕਹਿੰਦੇ ਅਸੀਂ ਪੈਸੇ ਜਮ੍ਹਾਂ ਕਰਾ ਕੇ ਆਉਂਦੇ ਹਾਂ। ਇਹ ਫਿਰ 3 ਲੱਖ ਨਿਕਲੇ ਵਿੱਚੋਂ? ਇਹ ਕਾਗਜ਼ ਲੈ ਸਕਦੇ। ਬੂਟਾ ਸਿੰਘ ਮੁਰਾਦ ਕੋਲੋਂ ਆਉਣਾ। ਕੀ ਗੱਲ ਹੋਈ ਅੱਜ? ਹਾਂਜੀ, ਅੱਜ ਕੀ ਗੱਲ ਹੋਈ? ਅੱਜ ਚੋਰੀ ਕਰ ਲਏ ਪੈਸੇ ਮੇਰੇ ਕੋਲ। ਉਹ ਕਿਸ ਤਰ੍ਹਾਂ ਜੀ? ਉਹ ਮੇਰੇ ਕੋਲ ਲੈ ਲਏ ਉਹਨਾਂ ਨੇ ਪੈਸੇ, ਤੇ ਆਪਣੇ ਮੈਨੂੰ 3 ਲੱਖ ਰੁਪਇਆ ਦੇ ਗਏ, ਕਹਿੰਦੇ ਅਸੀਂ ਪੈਸੇ ਜਮ੍ਹਾਂ ਕਰਾ ਕੇ ਆਉਂਦੇ ਹਾਂ, ਕਹਿੰਦੇ ਪੈਸੇ ਤੁਹਾਨੂੰ ਦੇ ਦਿੰਦੇ ਹਾਂ, ਅਸੀਂ ਮੇਰੇ ਕੋਲ ਪੈਸੇ ਲੈ ਕੇ ਨਾ। ਅਤੇ ਤੁਹਾਡੇ ਕੋਲ ਕਿੱਦਾਂ ਪੈਸੇ ਲਏ ਇਹਨਾਂ ਨੇ? ਉਹ ਕਹਿੰਦੇ ਅਸੀਂ ਆਹ 3 ਲੱਖ ਰੁਪਇਆ ਲਓ, ਅਸੀਂ ਜੋ ਹੈ ਲੈ ਕੇ ਆਉਂਦੇ ਹਾਂ, ਅਸੀਂ ਪੈਸੇ ਜਮ੍ਹਾਂ ਕਰਾ ਕੇ ਫਿਰ ਆ ਕੇ ਤੁਹਾਨੂੰ ਪੈਸੇ ਦੇ ਦਿੰਦੇ ਹਾਂ। ਤੋ ਆਹ ਮੇਰੇ ਕੋਲ 3 ਲੱਖ ਰੁਪਇਆ ਦੇ ਗਏ, ਤੋ ਆਪ ਨੱਕੇ ਹੋ। ਇਹ ਫਿਰ 3 ਲੱਖ ਨਿਕਲੇ ਵਿੱਚੋਂ? ਇਹ ਕਾਗਜ਼ ਲੈ ਸਕਦੇ। ਇਹ ਕੀ ਨਿਕਲੇ ਵਿੱਚੋਂ? ਫਿਰ ਇਹ ਕਾਗਜ਼ ਹੈ। ਅੱਛਾ, ਕਾਗਜ਼ ਨੋਟਾਂ ਦੀ ਤਰ੍ਹਾਂ ਬਣਾਏ ਹੈ। ਠੀਕ ਹੈ, ਅਤੇ ਪੈਸੇ ਤੁਹਾਡੇ ਕੋਲ ਅੰਦਰੋਂ ਲਏ ਜਾਂ ਬਾਹਰੋਂ ਲਏ? ਮੇਰੇ ਕੋਲ ਪੈਸੇ ਅੰਦਰੋਂ ਲਏ ਆ, ਇੱਥੇ ਆ ਗਿਆ 3 ਲੱਖ ਮੈਨੂੰ ਖਿਲਾ ਦੇ। ਇਹ ਕੀ ਕਹਿੰਦੇ ਵੀ 3 ਲੱਖ? ਇਹ ਕਹਿੰਦੇ ਕੀ ਕਰੋ? ਇਹ ਕਹਿੰਦੇ 3 ਲੱਖ ਰੱਖੋ, ਅਤੇ ਅਸੀਂ ਆਹ 52,000 ਰੁਪਇਆ ਜਮ੍ਹਾਂ ਕਰਾ ਦਿੰਦੇ ਹਾਂ, ਫਿਰ ਆ ਕੇ ਆਹ ਲੈ ਜਾਂਦੇ ਹਾਂ। ਮੁੜ ਕੇ ਆਏ ਫਿਰ? ਮੁੜ ਕੇ ਆਏ ਨਹੀਂ, ਉਹ ਦੂਜਾ ਜਿਹੜਾ ਇੱਕ ਮੋਟਾ ਮੇਰੇ ਨਾਲ ਬੰਦਾ ਬੈਠਾ ਸੀ, ਉਹ ਕਹਿੰਦਾ ਮੈਂ ਇਹਨੂੰ ਬੱਸ 'ਤੇ ਚੜ੍ਹਾਇਆ ਨਾ, ਫਿਰ ਮੈਂ ਤੁਹਾਨੂੰ ਆ ਕੇ ਲੈ ਲੈਣਾ ਫਿਰ ਲੈ ਕੇ ਚਲੇ। ਹਾਂਜੀ, ਇਹਦੀ ਹਾਂਜੀ ਇਹਦੀ ਤਲਾਕ ਕਿਤੇ ਦਿੱਤੀ ਪੁਲਿਸ ਪਾਸਾ? ਨਹੀਂ, ਮੈਂ ਉਹ ਪੁਲਿਸ ਵਿੱਚ ਗਿਆ ਸੀ, ਉੱਥੋਂ ਹੁਣ ਮੈਂ ਉਹ ਕਹਿੰਦੇ ਉਹ ਬੰਦਾ ਨਾਲ ਲੈ ਜਾਓ, ਉੱਥੇ ਫੋਟੋ ਜਿਹੜੀ ਹੈ ਉਹ ਕੈਮਰੇ ਚੈੱਕ ਕਰਕੇ ਆਓ। ਹੁਣ ਮੈਂ ਫਿਰ ਉਹਨੇ ਨਾਲ ਚੱਲਿਆ, ਉਸ ਵਾਲਾ ਆਦਮੀ ਮੇਰੇ ਨਾਲ ਆਇਆ। ਠੀਕ ਹੈ, ਕੀ ਕਹਿਣਾ ਚਾਹੁੰਦੇ? ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ? ਮੈਂ ਹੁਣ ਕੀ ਕਹਿਣਾ, ਮੈਂ ਤਾਂ ਮੈਨੂੰ ਪੈਸੇ ਮਿਲ ਜਾਣ ਠੀਕ ਹੈ, ਨਹੀਂ ਜੇ ਮੈਨੂੰ ਗੋਲੀ ਮਾਰ ਕੇ ਮਾਰ ਦੇਣ ਮੈਂ ਘਰ ਨਹੀਂ ਜਾਣਾ, ਜਾਂ ਇਹ ਬੈਂਕ ਵਾਲੇ ਮਾਰ ਦੇਣ ਜਾਂ ਪੁਲਿਸ ਵਾਲੇ ਮਾਰ ਦੇਣ।